ਕਿਹੜੀ ਪਾਰਟੀ ਵੱਲੋਂ ਤੁਸੀਂ ਇਤਕੀ ਇਲੈਕਸ਼ਨ ਲੜ ਰਹੇ ਹੋ ਜੀ? ਸਿੱਧੂ ਪਰਿਵਾਰ ਵੱਲੋਂ ਜੀ। ਸਿੱਧੂ ਪਰਿਵਾਰ ਹੋਏ? ਅੱਛਾ, ਮਤਲਬ ਅੱਜ ਕਾਂਗਰਸ ਵੱਲੋਂ ਲੜ ਰਹੇ ਹੋ ਜੇ ਕੱਲ? ਅੱਛਾ, ਤੁਸੀਂ ਕਾਂਗਰਸੀ, ਕਾਂਗਰਸ ਵੱਲੋਂ ਲੜ ਰਹੇ ਹੋ ਸਾਰਿਆਂ ਨੇ? ਤੁਸੀਂ ਦੱਸੋ ਬਾਈ। ਤੇ ਯਾਰ ਇਹ ਵੀ ਵੱਡਾ ਕੰਮ ਆ ਜੇ ਦੇਖਿਆ ਜਾਵੇ ਤਾਂ। ਮੂਸੇਵਾਲਾ ਵੀ ਅੰਤ ਤੱਕ ਆਪਦੇ ਨੂੰ ਕਾਂਗਰਸ ਹੀ ਕਹਿੰਦੇ ਰਿਹਾ, ਹੈ ਨਾ? ਤੇ ਮਤਲਬ ਲੜਿਆ ਵੀ। ਇਹ ਤੁਹਾਡੇ ਪਿੰਡ 'ਚ ਕੋਈ ਵੈਰ ਵਿਰੋਧ ਆ ਪਹਿਲਾਂ ਤੋਂ ਵੀ ਕਾਲੀਆਂ ਕਾਂਗਰਸ ਨੇ? ਵੋਟਾਂ ਪਾਵਾਂਗੇ, ਉਦੋਂ ਬਾਅਦ ਇੱਕ ਹੋ ਕੇ ਬੈਠਾਂਗੇ। ਹੁਣ ਵੋਟਾਂ ਲੈਣ ਉਹ ਉੱਥੇ ਬੈਠੇ, ਆਰਾਮ ਨਾਲ ਅਸੀਂ ਇੱਥੇ ਬੈਠੇ ਹਾਂ। ਵੋਟਾਂ ਪਾਵਾ ਆਪਦੇ ਘਰੇ ਆਈ ਜਾਵਾਂਗੇ। ਸਾਨੂੰ ਦੋਨੇ ਬੰਦੇ ਇੱਕੋ ਜਿਹੇ, ਉਹ ਵੀ ਠੀਕ ਨੇ, ਇਹ ਵੀ ਠੀਕ ਨੇ, ਪਰ ਅਸੀਂ ਆਪਦੀ ਪਾਰਟੀ 'ਚ, ਉਹ ਆਪਦੀ ਪਾਰਟੀ 'ਚ ਖੜੇ ਨੇ ਅਸੀਂ ਆਪਦੀ। ਉਹ ਕਿਹੜੀ ਪਾਰਟੀ 'ਚ ਖੜੇ ਹੋਏ ਆ? ਉਹ ਅਕਾਲੀ, ਅੱਛਾ ਜੀ, ਆਪ ਵਾਲਿਆਂ 'ਚ। ਆਪ ਵਾਲਿਆਂ 'ਚ, ਹਾਂ। ਅੱਛਾ, ਜਿਹੜਾ ਆਮ ਆਦਮੀ ਪਾਰਟੀ ਦਾ, ਤੇ ਤੁਹਾਡੇ ਪਿੰਡ ਹੁਣ ਦੋ ਸਰਪੰਚ ਉੱਠੇ, ਤਿੰਨ ਉੱਠੇ ਆ? ਦੋ ਹੀ ਨੇ, ਇੱਕ ਥਾਂ ਮੈਨੂੰ ਕਹਿੰਦੇ ਤਿੰਨ ਵੀ ਉੱਠੇ ਆ। ਹੈਗਾ ਜੀ ਆਪਣਾ, ਉਹ ਮੈਂ ਆਪਣੇ ਐਸੀ ਵਿਹੜੇ 'ਚ ਆ ਜੀ। ਅੱਛਾ, ਉਹ ਵੀ ਉੱਠਿਆ ਸਿੰਘ? ਹਾਂ। ਮੰਗਲਾ ਸਿੰਘ, ਮੱਕਰ ਸਿੰਘ, ਉਹ ਕਿਹੜੀ ਪਾਰਟੀ ਚ ਉੱਠਿਆ ਫਿਰ? ਅੱਛਾ, ਯਾਦ ਹੀ ਉਹ ਕਹਿੰਦਾ ਆਪਾਂ। ਅੱਛਾ, ਹੁਣ ਅਸਲ ਚ ਬਈ ਸਰਪੰਚ ਤਿੰਨ ਉੱਠਿਆ, ਮੁਕਾਬਲਾ ਇਹ ਕਹਿੰਦੇ ਦੋਵਾਂ ਚ ਹੀ ਹੈ, ਹੈ ਨਾ? ਇਹ ਕਹਿਣਾ ਚਾਹੁੰਦਾ, ਠੀਕ ਹੈ? ਤੇ ਮੰਨ ਲਓ ਮਾਤਾ, ਤੁਹਾਡੇ ਭਰਾ ਨੂੰ ਕਿਉਂ ਵੋਟਾਂ ਪਾਈਆਂ ਜਾਣ? ਕੀ ਕਹਿ ਕੇ ਮੰਨ ਲਓ ਹੁਣ ਤੁਸੀਂ ਲੋਕਾਂ ਤੋਂ ਵੋਟ ਮੰਗੋਗੇ? ਅਸੀਂ ਕਹਾਂਗੇ ਜਿਹੜੇ ਅਧੂਰੇ ਕੰਮ ਹੈ ਆਪਣੇ ਪਿੰਡ ਦੇ, ਉਹ ਸਾਰੇ ਪੂਰੇ ਕਰਾਂਗੇ। ਇਹ ਮਾਤਾ, ਇਹ ਨਾ ਜਿਹਨੂੰ ਪੁੱਛਿਆ ਅਧੂਰੇ ਹਜੇ ਤੱਕ ਪੂਰੇ ਹੀ ਨਹੀਂ ਹੋਏ, ਕਿਹੜੇ ਕੰਮ ਆ ਕੋਈ? ਯਾਰ ਕਿੱਥੋਂ ਕਰਦੇ ਨਹੀਂ ਨਾ, ਫਿਰ ਜੇ ਕਰਦੇ ਹੁਣ ਫਿਰ ਤਾਂ ਇਹ ਕੰਮ ਹੀ ਨਾ ਹੋਵੇ ਨਾ। ਤੇ ਪਿਛਲੀ ਵਾਰੀ ਮੂਸੇ ਵਾਲਾ ਫਿਰ ਤਾਂ ਸਰਵਸੰਮਤੀ ਨਾਲ ਬਣਾ ਦਿੰਦੇ ਸਾਰਿਆਂ ਨੂੰ ਵੀ। ਨਹੀਂ, ਪਿਛਲੀ ਵਾਰੀ ਫਿਰ ਆਏ ਤਾਂ ਜਿਹੜਾ ਹੁਣ ਤੁਹਾਨੂੰ ਸਮਰਥਨ ਕਰ ਰਹੇ ਹਾਂ ਮਾਤਾ ਚਰਨ ਕੌਰ, ਕਿ ਪਿਛਲੀ ਵਾਰੀ ਉਹ ਪਲਾਨ 'ਚ ਸੀ, ਫਿਰ ਉਹ ਕਹਿਣਗੇ ਵੀ ਕਿਹੜੇ ਰਹਿ ਗਏ? ਸਾਰੇ ਦੋ ਢਾਈ ਸਾਲ ਹੀ ਰਹੇ, ਝਾੜੂ ਵਾਲਿਆਂ ਵੱਲੋਂ ਉਹ ਕਹਿੰਦੇ ਪਿਛਲੀ ਵਾਰੀ ਜਿਹੜੀ ਸਰਪੰਚੀ ਕੀਤੀ ਹੈ ਮੂਸੇਵਾਲ ਦੇ ਪਰਿਵਾਰ ਨੇ ਨਹੀਂ ਕੀਤੀ, ਉਹਨਾਂ ਨੇ ਕਿਸੇ ਪਤਾ ਨਹੀਂ ਨਾਂ ਲਿਆ ਵੀ ਉਹ ਪਾਲੀ ਨਹੀਂ ਕਰਤੀ, ਇਹ ਗੱਲ ਸਹੀ ਹੈ ਸਰਪੰਚ ਸਾਹਿਬ? ਠੀਕ ਹੈ ਜੀ, ਉਹ ਤਾਂ ਭਰਾ ਨੇ, ਮੁੰਡੇ ਚੋਲ ਚ ਗਈ ਉਹਦਾ ਕਰਕੇ ਫਿਰ ਉਹਨੂੰ ਉਹਨਾਂ ਦਾ ਬੱਚਾ ਮਰਨੇ ਕਰਕੇ ਉਹਨਾਂ ਨੂੰ ਫਿਰ ਆਪ ਤਾਂ ਉਹਨੇ ਸੁਝ ਨਹੀਂ ਰਹੀ ਕੋਈ, ਫਿਰ ਹੋਰ ਸਮੇਂ ਕੌਣ? ਹੋਰ ਕੋਈ ਪੜ੍ਹਿਆ ਲਿਖਿਆ ਨਹੀਂ, ਉਹ ਪੜ੍ਹਿਆ ਲਿਖਿਆ ਸੀਗਾ, ਉਹਦੇ ਘਰ ਵਾਲੀ ਮੈਂਬਰ ਸੀਗੀ ਨੌਕਰੀ ਦਾ, ਉਹਨੂੰ ਲਾਸ਼ ਮਾਉਣਾ ਪੈ ਗਿਆ। ਅੱਛਾ, ਮਤਲਬ ਫਿਰ ਉਹ ਵੀ ਸੱਚੇ ਆ ਭਾਈ ਇੱਕ ਤਰ੍ਹਾਂ ਦਾ, ਵੀ ਭਾਈ ਜਿਹੜੀ ਹੈਗੀ ਆ, ਤੁਸੀਂ ਵੀ ਸੱਚੇ ਹੋ ਕਿਉਂਕਿ ਉਹਨਾਂ ਦਾ ਪਰਿਵਾਰ ਤੇ ਇਹੋ ਜਿਹੀ ਘੜੀ ਆ ਗਈ ਤੇ ਉਹਦੇ ਕਾਰਨ, ਪਰ ਦੂਜਾ ਹੈਗਾ ਉਹਨਾਂ ਨੂੰ ਫਿਰ ਉਹ ਚੀਜ਼ ਦਾ ਬਹਾਨਾ ਮਿਲ ਗਿਆ। ਉਹਨਾਂ ਨੂੰ ਸੀਨੀਅਰ ਜੋ ਸੂਰੀ ਨੇ ਨਹੀਂ, ਹੁਣ ਕਿਹੜਾ ਸੋਚਦਾ ਉਹਨਾਂ ਨੂੰ ਕੋਈ ਐਡਾ ਨੌਜਵਾਨ ਮਰ ਜਾਣਾ, ਕੋਈ ਹੱਸ ਖੇਡ ਦੀ ਗੱਲ ਨਹੀਂ, ਉਹ ਤਾਂ ਵਿਚਾਰੇ ਤਕੜੇ ਨੇ ਅਜੇ ਵੀ ਜਿਹੜੇ ਬੈਠੇ ਨੇ, ਚੱਲ ਹੁਣ ਮਹਾਰਾਜ ਨੇ ਉਹਨਾਂ ਦੀ ਮਰਾਦ ਕਿਹਨੇ ਕੀ ਕਹਿੰਦੇ ਤੁਸੀਂ? ਉਹਨਾਂ ਨੇ ਜੀ ਭੋਲੇ ਦੀ ਸਰਪੰਚ ਦੇ ਜੀ, ਉਹਦੇ ਚਾਰ ਸਟੈਂਟ ਪਏ ਨੇ ਜੀ, ਉਹਦਾ ਕਰਕੇ ਉਹ ਕਹਿੰਦਾ ਵੀ ਮੈਂ ਉਹ ਲੜ ਨਹੀਂ ਸਕਦਾ ਬਲਕਾਰ ਸਿੰਘ ਦਾ, ਮਤਲਬ ਬਲਕਾਰ ਸਿੰਘ ਦਾ ਨਾਂ ਭੋਲਾ ਪਿੰਡ 'ਚ, ਜੇ ਹੁਣ ਆਏ ਉਹਨਾਂ ਦਾ ਬੱਚਾ ਹੈ, ਮਹਾਰਾਜ ਨੇ ਉਹਨਾਂ ਨੂੰ ਦਿੱਤਾ ਹੈ ਤੇ ਉਹਨਾਂ ਨੂੰ ਕਹਿੰਦੇ ਮੈਨੂੰ ਇਹ ਪਾਲ ਲੈਣੇ, ਹਾਂ ਉਹ ਕਹਿੰਦੇ ਸਿਆਸਤ 'ਚ ਬਣੇ ਹੋ ਨਹੀਂ, ਪਰ ਇੱਕ ਪਾਸੇ ਜਿਹੜਾ ਹੈਗਾ, ਦੂਜੇ ਪਾਸੇ ਹੁਣ ਤੁਸੀਂ ਦੱਸ ਰਹੇ ਸੀਗੇ ਵੀ ਹੁਣ ਹਰਿਆਣੇ ਚੋਣਾਂ 'ਚ ਉਹ ਉਲਝੇ ਹੋਏ ਆ, ਉਹ ਜੀ ਹਰਿਆਣੇ ਤਾਂ ਫਿਰ ਉਹ ਜਾਂਦੇ ਲੋਕ ਸਾਡੇ ਕੋਲ ਵੀ ਆਉਂਦੇ ਨੇ। ਅੱਛਾ, ਤੇ ਮੰਨ ਲਓ ਹੋਰ ਜਿਹੜਾ ਹੈਗਾ, ਮੰਨ ਲਓ ਸਰਪੰਚ ਸਾਹਿਬ ਤੁਸੀਂ ਇੱਥੇ ਦੇਖਿਆ ਕਿ ਮੂਸੇ ਪਿੰਡ ਦੀਆਂ ਕਿਹੜੀਆਂ ਹਜੇ ਸਮੱਸਿਆਵਾਂ ਉੱਥੋਂ ਦੀਆਂ ਉੱਥੇ ਪਈਆਂ? ਸਮੱਸਿਆ ਹੋਰ ਹੈ ਜੀ, ਇਹ ਆਪਣੀ ਜਨਤਾ ਪਬਲਿਕ ਵੱਧਦੀ ਰਹਿੰਦੀ ਹੈ ਜੀ, ਜਿਵੇਂ ਹੁਣ ਤੁਸੀਂ ਆਹ ਲੈ ਲਓ ਘਰ ਨੀਵੇਂ ਹੋ ਜਾਂਦੇ ਨੇ, ਉੱਚੇ ਹੋ ਜਾਂਦੇ ਨੇ, ਫਿਰ ਗਲੀਆਂ ਨਾਲੀਆਂ ਉੱਚੀਆਂ ਕਰਨੀਆਂ ਪੈਂਦੀਆਂ ਨੇ, ਇਹੀ ਪੰਗਾ ਇਹ, ਬਸ ਨਾਲੀਆਂ ਉੱਚੀਆਂ ਹੋ ਗਈਆਂ, ਗਲੀਆਂ ਨੀਵੀਆਂ ਹੋ ਗਈਆਂ, ਇੰਝ ਚੱਲੀ ਜਾਂਦਾ ਕੰਮ ਜੀ ਸਾਰੀ ਉਮਰ ਦਾ ਹੀ। ਕੋਈ ਵਾਟਰ ਵਾਇਸ ਹੈ, ਉਹ ਪਾਈਪਾਂ ਨੀਵੀਆਂ ਹੋ ਗਈਆਂ, ਫਿਰ ਪਾਣੀ ਨਹੀਂ ਆਉਂਦਾ, ਉੱਚੀਆਂ ਕਰਨੀਆਂ ਪੈਂਦੀਆਂ ਨੇ ਸਾਰਾ।
ਜੇਕਰ ਐਡਾ ਪੰਜਾਬ ਦੀ ਸਮੱਸਿਆ ਇੱਥੋਂ ਤੱਕ ਡੂੰਘੀ ਹੈ ਵੀ ਜਿੰਨੀਆਂ ਇਹਨਾਂ ਦੇ ਪਿੰਡ ਦੀਆਂ ਪਾਈਪਾਂ ਡੂੰਘੀਆਂ, ਕਾਰਨ ਵੀ ਜੇ ਮੂਸੇ ਪਿੰਡ ਦੇ ਵਿੱਚ ਵੀ ਹਜੇ ਤੱਕ ਪਾਣੀ ਜਿਹੜਾ ਵਾਟਰ ਵਗਦਾ ਆਉਂਦਾ ਨੀਗਾ, ਹੈ ਨਾ? ਤਾਂ ਦੂਜਾ ਮਤਲਬ ਕਿ ਬੇਸਿਕ ਲੋੜਾਂ ਵੀ ਹਜੇ ਤੱਕ ਪੂਰੀਆਂ ਨਹੀਂ, ਮਤਲਬ ਪਾਣੀ ਤੋਂ ਬਿਨਾਂ ਤਾਂ ਬੰਦੇ ਨਾਲ ਸਰਵਾਈਵ ਕਰਨਾ ਹੀ ਔਖਾ ਨਾ ਹਰ ਚੀਜ਼ 'ਤੇ। ਉਹ ਤੋਂ ਬਿਨਾਂ ਜਿਹੜਾ ਪਿੰਡ ਦੀ ਫਿਰਨੀ ਆ ਉਹਦੇ ਪਾਸੇ ਜਦੋਂ ਅਸੀਂ ਇੱਧਰੋਂ ਆਏ ਹਾਂ, ਮਤਲਬ ਅਮਾਨ ਵੀ ਬਣਿਆ, ਉਹ ਸੜਕਾਂ ਸੜਕਾਂ ਹਜੇ ਬਣੀਆਂ ਨੇ, ਉਹ ਟੁੱਟੀਆਂ ਹੀ ਹਜੇ ਚੱਲੀਆਂ ਨੇ, ਤੇ ਹੁਣ ਸੜਕਾਂ ਬਣੀਆਂ ਸੀ ਵਧੀਆ ਜੀ, ਉਹ ਤਾਂ ਜਦੋਂ ਪਾਣੀ ਮੀਂਹ ਮੂੰਹ ਦਾ ਇਕੱਠਾ ਹੋ ਜਾਂਦਾ ਜੀ ਉਦੋਂ ਸੌਣ ਨੇ ਤੋੜਤੀਆਂ ਨੇ। ਹਾਂ ਉਹ ਠੀਕ ਹੈ, ਕਲਕ ਬਣੀ ਹੋਈ ਹੈ, ਠੀਕ ਹੈ। ਤੇ ਮਾਤਾ ਜਿਹੜਾ ਹੈ ਆ ਜਾਓ ਮਾਤਾ, ਕਿਉਂਕਿ ਤੁਸੀਂ ਪਹਿਲੇ ਅੱਛਾ ਮਾਤਾ ਤਾਂ ਇਹ ਖੜਾ ਨਹੀਂ ਜਾਂਦਾ ਭਾਈ। ਮਾਤਾ ਚੱਲ ਤੁਸੀਂ ਇੱਕ ਵਾਰੀ ਆਪਦੇ ਪਿੰਡ ਦੇ ਬੰਦੇ ਨੂੰ ਕਿਸ ਤਰ੍ਹਾਂ ਅਪੀਲ ਕਰੋਗੇ ਵੋਟਰਾਂ ਨੂੰ, ਇਹ ਜਿਹੜਾ ਹੈਗਾ ਭਾਈ ਆਪਦੇ ਭਰਾ ਨੂੰ ਵੋਟ ਮੰਗਣ ਵਾਸਤੇ ਕੀ ਕਹੋਗੇ? ਅਸੀਂ ਕਹਾਂਗੇ ਭਾਈ ਆਪਾਂ ਜੇ ਲੜਨਾ ਤਾਂ ਹੈ ਨਹੀਂ ਕਿਸੇ ਨਾਲ, ਹੈ ਨਾ, ਵੀ ਆਪਦੀ ਸੋਚ ਸਮਝ ਨਾਲ ਵੀ ਆਪਾਂ ਖੜਾ ਕੀਤਾ ਤੇ ਇਹਨੂੰ ਆਪਾਂ ਜਿਤਾਈਏ ਜਿਤਾ ਕੇ। ਭਾਈ ਜਿਹੜਾ ਹੈਗਾ ਭੈਣ ਦੀ ਅਪੀਲ ਆਪਦੇ ਭਰਾ ਵਾਸਤੇ, ਮੈਂ ਕਿਹਾ ਜ਼ਰੂਰ ਐਡ ਕਰ ਦਈਏ, ਹੈ ਨਾ? ਅਤੇ ਹਾਂ ਭਾਈ ਤੂੰ ਕੀ ਕਹਿਣਾ ਚਾਹੇਂਗਾ ਦੱਸ, ਫਿਰ ਜਦੋਂ ਸਰਪੰਚ ਹੁੰਦੇ ਕੀ ਮਨ ਚਾਹੁੰਦਾ ਮਤਲਬ? ਬਸ ਠੀਕ ਹੈ ਜੀ, ਕੁਛ ਨਹੀਂ। ਨਹੀਂ ਨਹੀਂ ਠੀਕ ਤਾਂ ਨਹੀਂ, ਤੁਹਾਡੇ ਪਿੰਡ ਮਾਲਾ ਧੁੰਦਲੇ 'ਚ ਹੋਣ ਲੱਗ ਗਏ ਹੱਥ ਨੇ ਲੋਕ ਬੰਦੇ? ਠੀਕ ਹੈ। ਅਤੇ ਬਾਪੂ ਫਿਰ ਹੋਰ ਜਿਹੜਾ ਹੈਗਾ ਅੰਤ 'ਤੇ ਜਿਹੜਾ ਹੈਗਾ ਤੁਹਾਡੇ, ਇੱਕ ਤਾਂ ਪਾਣੀ ਦੀ ਸਮੱਸਿਆ ਬਹੁਤ ਵੱਡੀ ਆ, ਹੋਰ ਕਿਹੜੀਆਂ ਹਜੇ ਤੱਕ ਜਿਹੜੀਆਂ ਸਮੱਸਿਆਵਾਂ ਤੁਹਾਡੇ? ਹੋਰ ਜੀ ਐਂ ਤਾਂ ਸਮੱਸਿਆ ਹੁੰਦੀਆਂ ਰਹਿੰਦੀਆਂ, ਕਿਸੇ ਦੀ ਨਾਲੀ ਰਹਿ ਗਈ, ਕਿਸੇ ਦਾ ਕਹੋ ਹੈ, ਉਹਦਾ ਪਿੰਡ 'ਚ ਚੱਲੀ ਜਾਂਦਾ। ਸਕੂਲ ਹੈਗਾ? ਹਾਂ ਸਕੂਲ ਹੈਗਾ ਜੀ, ਮਾਸਟਰ ਪੂਰੇ? ਹਾਂ ਜੀ ਮਾਸਟਰ ਪੂਰੇ, ਸਮਾਰਟ ਸਕੂਲ ਹੈ ਜੀ, ਸਮਾਰਟ ਸਕੂਲ ਤੁਹਾਡੇ ਜਿਹੜਾ ਬਣਿਆ ਹੋਇਆ, ਹੈ ਨਾ, ਪ੍ਰਾਇਮਰੀ ਅੱਡ ਹੈ, ਠੀਕ ਹੈ। ਅਤੇ ਸਿੱਧੂ ਨੂੰ ਕਿੰਨਾ ਕੁ ਮਿਸ ਕਰਦੇ ਹੋ ਫਿਰ? ਹੈ ਜੀ ਮਾਲਾ ਸ਼ੁਭਦੀਪ ਨੂੰ ਕਿੰਨਾ ਕੁ ਮਿਸ ਕਰਦੇ ਹੋ? ਨਹੀਂ ਖੇਤੀਬਾੜੀ ਢਾਈ ਤਿੰਨ ਸਾਲ ਹੋ ਗਿਆ ਇਨਸਾਫ ਹੋਣਾ ਸੀਗਾ, ਜੇ ਗੌਰਮੈਂਟ ਚਾਹੁੰਦੀ ਇਨਸਾਫ ਤਾਂ ਘੰਟੇ ਚ ਲੈ ਜਾਂਦੇ ਨੇ, ਅੱਜ ਉਹਨੂੰ 3 ਸਾਲ ਹੋ ਗਿਆ ਇਨਸਾਫ ਹੀ ਨੀ ਮਿਲਿਆ ਇਹਨੂੰ, ਸਾਡੇ ਪਿੰਡ ਸਾਰੇ ਸਿੱਧੂ ਨੂੰ। ਬਹੁਤ ਦੂਰ ਜਾਂਦੇ ਸਾਡੇ ਮੋਟਰਸਾਈਕਲ ਘੇਰ ਲਏ ਭਾਈ ਪੁਲਿਸ ਵਾਲਿਆਂ ਨੇ, ਉੱਥੇ ਕਿਹੜਾ ਪਿੰਡ ਹੈ ਪੁੱਛਣ ਲੱਗੇ, ਤੂੰ ਕਹਿੰਦਾ ਅਸੀਂ ਮੂਸਾ, ਕਹਿੰਦੇ ਜਾਓ ਯਾਰ, ਨਾ ਤਾਂ ਜੀ ਲੋੜ ਤੋਂ ਜ਼ਿਆਦਾ ਹੀ ਚੱਲਦਾ, ਬਸ ਜਿੱਥੇ ਲੈਦਾ ਲੋਕ ਆ ਜਾਂਦੇ ਇੱਥੇ ਵੀ ਕਹਿੰਦੇ ਮਲਾਓ ਮਲਾਓ ਐ, ਵੋਟਾਂ ਕਿਹੜੀਆਂ ਸ਼ੁਰੂ ਕਰਤੀਆਂ ਚਲਾਉਣਾ ਕੰਮ? ਹਜੇ ਘਰ ਘਰ ਚੱਲ ਪਈ,
ਕਹਿਤਾ ਜਾਂਦੇ ਹਾਂ ਅੱਜ ਵੀ ਗੇੜਾ ਦਿੱਤਾ ਜੀ ਚਾਰ ਪੰਜ ਦਿਨ ਗੇੜੇ ਲੱਗਣ ਤੇ ਲੱਗਣਗੇ ਜੀ ਬਲਕੌਰ ਸਿੰਘ ਨੂੰ ਨਾਲ ਲੈ ਕੇ ਤੇ ਹਜੇ ਉਹਨਾਂ ਨੇ ਆਉਣਾ ਹੈ ਅੱਜ ਵੀ ਲਾਊਗਾ ਉਹ ਬਾਅਦ ਉਹ ਸੱਥਾਂ ਜਾਊਗਾ ਫਿਰ ਸੱਥਾਂ ਚਾਹੀਦਾ ਫਿਰ ਘਰ ਘਰ ਵੀ ਨਹੀਂ ਘਰਾਂ ਘਰਾਂ ਦੇ ਵਿੱਚ ਵੋਟ ਪੱਕ ਗਈ ਬਸ ਸੱਥਾਂ ਸੱਥਾਂ ਦੇ ਵਿੱਚ ਲੋਕ ਇਕੱਠੇ ਹੋ ਕੇ ਆਖਣਗੇ ਆ ਭਾਈ ਸਾਡਾ ਤੂੰ ਹੈ ਸਾਡਾ ਤੂੰ ਹੈ ਠੀਕ ਹੈ ਸੋ ਮੰਨ ਕੇ ਅੰਤ ਤੇ ਕੀ ਕਹਿਣਾ ਚਾਹੋਗੇ ਆਪਦੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਚਲੋ ਇੱਕ ਅਪੀਲ ਦੇ ਤੌਰ ਤੇ ਅਸੀਂ ਤਾਂ ਇਹੀ ਕਹਿੰਦੇ ਵੀ ਦੋ ਸਰਪੰਚ ਤਿੰਨ ਸਰਪੰਚ ਉੱਠੇ ਨੇ ਆਪਦੀ ਸੂਝਬੀਝ ਨਾਲ ਵੋਟਾਂ ਪਾਓ ਵਧੀਆ ਲੜਾਈ ਪੜ੍ਹਾਈ ਤੋਂ ਬਚੋ ਨਸ਼ੇ ਤੋਂ ਬਚੋ ਨਸ਼ਾ ਨਾ ਖਾਓ ਪੀਓ ਜੇ ਮੰਨ ਲਾ ਕਿਤੇ ਸੋਝ ਮਿਲ ਗਈ ਫਲਾਣੇ ਬੰਦੇ ਸਰਪੰਚ ਨੇ ਨਸ਼ਾ ਵੰਡਿਆ ਤੇ ਫੇਰ ਨਸ਼ਾ ਤਾਂ ਹੁਣ ਵੰਡਣਾ ਜਦੋਂ ਸਿੱਧੂ ਸਾਹਿਬ ਨੇ ਕਿਹਾ ਵੀ ਬਲਕੌਰ ਸਿੰਘ ਸਿੱਧੂ ਨੇ ਕਿਹਾ ਵੀ ਨਸ਼ਾ ਆਪਣਾ ਖਾ ਕੇ ਵੋਟ ਤਾਂ ਪਾਓ ਹੀ ਨਾ ਉਹਨੇ ਕਿਹਾ ਜੇ ਕੋਈ ਆਪਦੇ ਘਰੋਂ ਪੀ ਕੇ ਆਜੂ ਫਿਰ ਉਹਦਾ ਕੀ ਹੁੰਦਾ ਸੋ ਤੁਸੀਂ ਜੁੜੇ ਗੁਰਪ੍ਰੀਤ ਕੋੜੀ ਨਾਲ ਸੋ ਇਹ ਆ ਆਪਾਂ ਗੱਲ ਕਰਕੇ ਹਾਂਜੀ ਹਾਂਜੀ ਬਾਪੂ ਕੀ ਕਹਿਣਾ ਸਾਡਾ ਬਾਰਡਰ ਬਾਕਸ ਹੈ ਨੀਵੀਂ ਥਾਂ 'ਚ ਜੀ ਦਰਾਸਾਲ ਇਧਰੋਂ ਪਾਸਾ ਪੂਰਬ ਵਾਲਾ ਡੂੰਘੇ ਥਾਂ 'ਚ ਹੈ ਇਹ ਦੂਸਰੇ ਪਾਸੇ ਬਾਰਡਰ ਬਾਕਸ ਲੱਗੂਗਾ ਫਿਰ ਪਾਣੀ ਆਊਗਾ ਨਹੀਂ ਇੱਥੋਂ ਮੈਂ ਤਿੰਨ ਵਾਰ ਪਾਈਪਾਂ ਪਾ ਲੈਣ ਪਾਣੀ ਆਉਂਦਾ ਹੀ ਕੋਈ ਨਹੀਂ ਆਉਂਦਾ ਕੋਈ ਨਹੀਂ ਜਮਾ ਹੀ ਨਹੀਂ ਆਉਂਦਾ ਕੋਈ ਵੀ ਨਹੀਂ ਆਉਂਦਾ ਕਿੰਨੇ ਹੀ ਜ਼ੋਰ ਲਾ ਲੈਣ ਦੇਖ ਲਓ ਜਾ ਕੇ ਤੋਂ ਲੈਵਰ ਕਰਾ ਲਓ ਬਿਲਕੁਲ ਹੁਣ 15 ਫੁੱਟ ਪਾਈਪਾਂ ਧਰਤੀ 'ਚ ਹੀ ਨੇ ਤੇ ਫਿਰ ਕੋਈ ਪਾਇਆ ਮਤਾ ਹੁਣ ਤਾਂ ਵਰਲਡ ਬੈਂਕ ਆਪ ਲਾਉਣ ਦਿੰਦੀ ਸੀ ਪਿਛਲੀ ਵਾਰੀ ਤਾਂ ਮਤਲਬ ਬਹੁਤ ਪਿੰਡਾਂ ਨੂੰ ਦਿੱਤਾ ਵਰਲਡ ਬੈਂਕ ਨੇ ਜਿਹੜਾ ਨਵਾਂ ਬਾਟਾ ਕੋਲ 7 7.5 ਸਾਲ ਹੋ ਗਏ ਅਕਾਲੀ ਦਲ ਕੋਲ ਚਲਿਆ ਗਿਆ ਇਹਨਾਂ ਕੋਲੇ ਕਦੇ ਕਾਂਗਰਸ ਕੋਲ ਆਇਆ ਸੀਗਾ ਫਿਰ ਇਹਨਾਂ ਕੋਲੇ ਆ ਗਿਆ ਬਾਰਡਰ ਬਾਕਸ ਦੀ ਸਮੱਸਿਆ ਇਹਨਾਂ ਦੇ ਹੱਥ ਬਣ ਕੇ ਉਹੀ ਕਹਿ ਰਹੇ ਅਸੀਂ ਵੀ ਹੋਰ ਤਾਂ ਜਾਓ ਗੇਲ ਹੀ ਸਾਰੇ ਪਿੰਡ 'ਚ ਪਾਣੀ ਆਉਂਦਾ ਸੀ ਪੁੱਛ ਲਓ ਠੀਕ ਹੈ ਅਜੇ ਤਾਂ ਗੇਲੇ ਪਿੰਡ ਹੁੰਦਾ ਸਾਡਾ ਸਾਂਝਗਰੀ ਸਾਰੇ ਪਿੰਡ 'ਚ ਪਾਣੀ ਆਉਂਦਾ ਸੀ ਸਾਡੀ 2015-1100 ਵੋਟ ਸੀਗੀ ਜੀ ਜਦੋਂ ਪਿੰਡ ਛੋਟਾ ਸੀਗਾ ਉਹ ਸਾਰੇ ਆ ਜਾਂਦਾ ਹੁਣ ਤਾਂ ਚਲਾਤਾ ਹੁਣ ਜਨਤਾ ਵੀ ਵੱਧ ਗਈ ਜੀ ਪਿੰਡ ਦੇ ਵੱਧ ਗਈ ਆਬਾਦੀ ਵੱਧ ਗਈ ਹੁਣ ਖੇਤਾਂ 'ਚ ਵੱਗ ਗਏ ਲੋਕ ਜੀ ਉਹਦਾ ਕਰਕੇ ਹਾਂ ਉਹਦਾ ਕਰਕੇ ਸਮੱਸਿਆ ਹੋ ਗਈ ਜੀ ਇਹ ਕਹਿੰਦੇ ਵੀ ਜੇ ਦੂਜੇ ਪਾਸੇ ਆ ਕੇ ਸਾਡੀ ਟੈਂਕੀ ਲੱਗ ਜੇ ਇੱਕ ਤਾਂ ਨਹੀਂ ਕਿ ਉੱਥੇ ਹੈਗੀ ਹੈ 90 ਫੁੱਟ ਉੱਚੀ ਹੈ ਇੱਕ ਪਿੰਡ ਦੇ ਇਧਰਲੇ ਪਾਸੇ ਆ ਕੇ ਟੈਂਕੀ ਲੱਗ ਜੇ ਸਾਡੇ ਸਾਰੇ ਪਿੰਡ 'ਚ ਪਾਣੀ ਆ ਆਮੋ ਪਾਣੀ ਦੀ ਵੱਡਿਆ ਸਮੱਸਿਆ ਇਹ ਅਕਾਲੀ ਦਲ ਵੀ ਮੰਨਦਾ ਕਾਂਗਰਸ ਵੀ ਮੰਨਦੀ ਹੈ ਨਹੀਂ ਤਾਂ ਬਿਲਕੁਲ ਸਾਡੇ ਕੋਲ ਚਲੇ ਆ ਗਿਆ ਨਾ ਸਾਡੇ ਕੋਲ ਤਾਂ ਪਾਣੀ ਦਾ ਬੱਲੇ ਬੱਲੇ ਕਰਾਉਂਦੇ ਸੀ ਇਹ ਟੈਂਕੀ ਲੱਗੇ ਜੀ ਸਰਜਾਲ ਦੇ ਲੱਗੇ ਸਰਜਾਲ ਦੇ ਰਾਹ ਤੇ ਉੱਥੋਂ 4 ਫੁੱਟ ਦੇ ਪਾਣੀ ਆਊਗਾ ਉਹ ਪਿੰਡ ਨੂੰ 5 ਫੁੱਟ ਸਾ ਉੱਚਾ ਥਾਂ 6 ਅੱਛਾ ਨੰਬਰ 1 ਪਾਣੀ ਹੈ ਧਰਤੀ ਦਾ ਇੰਨੀ ਵੀ ਪਾਣੀ ਮਾੜਾ ਉੱਤੇ ਜਿੱਥੇ ਦੀ ਗੱਲ ਕਰ ਰਹੇ ਮੈਂਬਰ ਸਾਹਿਬ ਪਾਣੀ ਨੰਬਰ 1 ਹੈ ਆਰੋ ਆਰੋ ਨਾਲ ਸਾਫ਼ ਕਰਕੇ ਪੀਣਾ ਪੈਂਦਾ ਤੇ ਧਰਤੀ ਦਾ ਪੀਣਾ ਨਾ ਤੈਨੂੰ ਪਾਣੀ ਲਿਆ ਕੇ ਪਈ ਇੱਥੇ ਕਿੱਥੋਂ ਲਿਆਉਂਦਾ ਮੇਰੀ ਪਾਣੀ ਇੱਕ ਨੰਬਰ ਪਾਣੀ ਧਰਤੀ ਦਾ ਵੀ ਕਿੱਥੋਂ ਪਾਣੀ ਉਹਦਾ ਟੈਂਕੀ ਭਰ ਕੇ ਖੜਾ ਲਿਆ ਆਰੋ ਨੂੰ 3-4 ਹਿੱਸੇ ਚੰਗਾ ਅੱਛਾ ਆਰੋ ਨੂੰ ਵਧੀਆ ਪਰ ਗੱਲ ਕਰਾਂ ਡੂੰਘੇ ਦਾ ਚਾਰ ਬੈਠੇ ਕੋਠੇ ਤੇ ਚੜੂ ਕਿਵੇਂ ਜੋ ਥੱਲੇ ਕੋਠੇ ਦਾ ਪਾਣੀ ਥੱਲੇ ਆਊ ਇੱਥੇ ਬੱਲੋ ਬਲੀ ਸਹੀ ਹੁਣ ਕੋਠੇ ਤੇ ਚੜਾਉਣਾ ਦੁਰਦਾ ਸਮੱਸਿਆ ਪਿੰਡ 'ਚ ਸੋ ਭਾਈ ਹਜੇ ਤੱਕ ਵੀ ਜਿਹੜਾ ਹੈਗਾ ਆਪਾਂ ਗੱਲ ਕਰੀਏ ਪਾਣੀ ਦੀ ਸਮੱਸਿਆ ਜਿਹੜੀ ਆਪਾਂ ਕਹੀਏ ਮੂਸਾ ਪਿੰਡ ਦੇ ਵਿੱਚ ਬਣੀ ਹੋਈ ਆ ਭਾਈ ਕਈ ਕਹਿੰਦੇ ਵੀ ਜਿਹੜਾ ਹੈਗਾ ਆਬਾਦੀ ਵੱਧ ਗਈ ਕੁਝ ਕਹਿੰਦੇ ਪਾਣੀ ਨੀਵਾਂ ਹੋ ਗਿਆ ਪਰ ਇੱਕ ਗੱਲ ਹੈਗੀ ਇਹ ਪੰਜਾਬ ਦੇ ਹਾਲਾਤ ਜ਼ਰੂਰ ਦਿਖਾਉਂਦਾ ਵੀ ਜੇਕਰ ਬੇਸਿਕ ਨੀਡ ਆ ਜਿਹੜੀ ਪਾਣੀ ਤੋਂ ਬਿਨਾਂ ਤਾਂ ਬੰਦਾ ਬਚਣਾ ਹੀ ਨਹੀਂ ਉਹ ਵੀ ਹਜੇ ਮੈਂ ਕਹਿੰਦਾ ਵੀ ਮੂਸਾ ਪਿੰਡ ਵਾਸਤੇ ਵੱਡੀ ਮੁਸੀਬਤ ਬਣਿਆ ਹੋਇਆ ਬਣੇ ਰਹੋ ਗੁਰਪ੍ਰੀਤ ਕੋਟਲੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।